ਜੀ ਤੇ ਮਾਸ਼ਾਅੱਲਾ ਅੱਜ ਨਾ ਅਸੀਂ ਮਸਜਿਦ ਵੱਲੇ ਜਾ ਰਹੇ ਹਾਂ ਕਿਉਂਕਿ ਇੱਟਾਂ ਮਾਸ਼ਾਅੱਲਾ ਅੱਜ ਨਾ ਪਹੁੰਚ ਆਈਆਂ ਨੇ ਇਵੇਂ ਨਾ ਬੂਜੀ ਜੀ ਉਹਨਾਂ ਨੂੰ ਵੇਖਣੇ ਆ ਵੀ ਕੀ ਹੋ ਜੀ ਆਈਆਂ ਵੀ ਹਾਂ ਛੇ ਖਰਾਬ ਆਈਆਂ ਤੇ ਬਿਲਕੁਲ ਉਹਨਾਂ ਨੂੰ ਜਿੰਨਾ ਸ਼ਿਕਾਇਤ ਕਰਾਂਗੇ ਹਾਂ ਜੀ ਬਿਲਕੁਲ ਜਿਹੜਾ ਨਾਮ ਚੈੱਕ ਕਰ ਰਹੇ ਨੇ ਕੀ ਹੋ ਜੀ ਆਈਆਂ ਨਾਲੇ ਕੋਈ ਰਾਹ ਦੇ ਉੱਤੇ ਹਾਂ ਜੀ ਤੇ ਮਾਸ਼ਾਅੱਲਾ ਜੀ ਸਾਡੇ ਪਰਿੰਦੇ ਜਿੰਨਾ ਮੁਰਗਾ ਹੀ ਮਾਸ਼ਾਅੱਲਾ ਕਿੰਨਾ ਜਿੰਨਾ ਪਿਆਰਾ ਹੋ ਗਿਆ ਤੇ ਉਹ ਜਿੰਨਾ ਤਿੱਤਰ ਹੀ ਉਹਦੇ ਫਿਰਦੇ ਨੇ ਮੈਨੂੰ ਅੱਬੂ ਜੀ ਇਹਨਾਂ ਦੀ ਇਹ ਸਮਝ ਨਹੀਂ ਲੱਗਦੀ ਚਕੋਰ ਹੈ ਜਾਂ ਤਿੱਤਰ ਹੈ ਅੱਛਾ ਚਕੋਰ ਠੀਕ ਹੋ ਗਿਆ ਬਾਕੀ ਵਕਤਾਂ ਉਹ ਮਾਸ਼ਾਅੱਲਾ ਸਾਹਮਣੇ ਬੈਠੀਆਂ ਨੇ ਉਹ ਤਾਂ ਹਰ ਵਕਤ ਜਿੰਨਾ ਉੱਥੇ ਖਾਲੇ 'ਤੇ ਹੀ ਆਉਂਦੀਆਂ ਨੇ ਚਲੋ ਠੀਕ ਹੈ ਵੇਖਦੇ ਹਾਂ ਡਰਦੀਆਂ ਨਹੀਂ ਜਾਂ ਨਹੀਂ ਡਰਦੀਆਂ ਹਾਂ ਖੁਦ ਦੀ ਜਿੰਨਾ ਆਪਣਾ ਹੁਣ ਖਾਣਾ ਮਾਸ਼ਾਅੱਲਾ ਜਿੰਨਾ ਢੂੰਡ ਲੈਂਦੀਆਂ ਨੇ ਹਾਂਜੀ ਆਪਣਾ ਖਾਣਾ ਖੁਦ ਢੂੰਡ ਲੈਂਦੇ ਨੇ ਚਲੋ ਠੀਕ ਹੈ ਫਿਰ ਜਿੰਨਾ ਮਸਜਿਦ ਲਈ ਜਾਂਦੇ ਹਾਂ ਤਾਂ ਉੱਥੇ ਤੁਹਾਨੂੰ ਦੱਸਦੇ ਹਾਂ ਕਿ ਇੱਟਾਂ ਜਿੰਨਾ ਕੈਸੀਆਂ ਆਈਆਂ ਨੇ ਹਾਂਜੀ ਅਤੇ ਮਾਸ਼ਾਅੱਲਾ ਮਸਜਿਦ ਤਾਂ ਜਾ ਹੀ ਰਹੇ ਹਾਂ ਰਸਤੇ ਵਿੱਚ ਮਾਸ਼ਾਅੱਲਾ ਜਿੰਨਾ ਪਿਆਰੀਆਂ ਪਿਆਰਾਂ ਚਾਚੂ ਜੀ ਚਾਚੂ ਦੀ ਹਾਂਜੀ ਨੁਕਸਾਨ ਕਾਫੀ ਸਾਰਾ ਬਹੁਤ ਜ਼ਿਆਦਾ ਨੁਕਸਾਨ ਬਿਲਕੁਲ ਸਾਡੇ ਗਾਉਂ ਜਿੰਨਾ ਹੀ ਉਹ ਮਸਲਾ ਹੁੰਦਾ ਹੈ ਜਦੋਂ ਹੀ ਸਬਜ਼ੀਆਂ ਆਉਂਦੀਆਂ ਨੇ ਉੱਤੋਂ ਹੀ ਪਰਿੰਦੇ ਜਾਂ ਜਾਨਵਰ ਆ ਕੇ ਜਿੰਨਾ ਤੋੜ ਲੈਂਦੇ ਨੇ ਹਾਂ ਇਹ ਸਾਰੀ ਖਰਾਬ ਹੋਈ ਪਈ ਇਹ ਵੀ ਖਰਾਬ ਹੋਈ ਪਈ ਇਹ ਵੀ ਮਾਸ਼ਾਅੱਲਾ ਤਕਰੀਬਨ ਮਾਸ਼ਾਅੱਲਾ ਸਾਰੀਆਂ ਹੀ ਜਿੰਨਾ ਹੋ ਗਈਆਂ ਸੀ ਤੇ ਲੇਕਿਨ ਜਿੰਨਾ ਹੁਣ ਸਾਰੀਆਂ ਹੀ ਖਰਾਬ ਹੋ ਗਈਆਂ ਨੇ ਹਾਂਜੀ ਖਾਲੀਆਂ ਮਿਰਚਾਂ ਵੀ ਤੇ ਤੋਰੀਆਂ ਵੀ ਤੇ ਜਿਹੜਾ ਨਾ ਸਾਰੀਆਂ ਜਿਹੜੇ ਨਾ ਹਾਂਜੀ ਬਿਲਕੁਲ ਚਾਚੂ ਜੀ ਨੇ ਜੁਗਾੜ ਤਾਂ ਲਾਇਆ ਸੀ ਲੇਕਿਨ ਜਿਹਨੇ ਖਰਾਬ ਹੋ ਗਿਆ ਹਾਂਜੀ ਉਹਨੂੰ ਮੇਰੇ ਖਿਆਲ ਥੋੜੀ ਜਿਹੀ ਬੱਚਤ ਹੈ ਇਹ ਹਾਂ ਇਹ ਵੀ ਛੋਟਾ ਛੋਟਾ ਬਿਲਕੁਲ ਹਾਂ ਤੇ ਬਾਕੀ ਮਸਤੇ ਮਾਸ਼ਾਅੱਲਾ ਜਿੰਨਾ ਤਕਰੀਬਨ ਪਹੁੰਚ ਗਈਆਂ ਸਾਹਮਣੇ ਬਿਲਕੁਲ ਜਿੰਨਾ ਸਾਡੇ ਘਰ ਵੀ ਨੇ ਔਰ ਜੀ ਮਾਸ਼ਾਅੱਲਾ ਮਸਜਿਦ ਪਹੁੰਚ ਗਿਆ ਉੱਥੇ ਜਿੰਨਾ ਢੋਲ ਵਾਲਾ ਹੀ ਆਇਆ ਫਿਰਦਾ ਹਾਂਜੀ ਢੋਲ ਵਜਾ ਆਪਣਾ ਉਹਨਾਂ ਦੇ ਕੰਮ ਆਉਂਦਾ ਜਿੰਨਾ ਢੋਲ ਵਜਾਉਂਦੇ ਨੇ ਇੱਕ ਅਤੇ ਉਹਦੇ ਜਿੰਨਾ ਕੰਮ ਵੇਖ ਕੇ ਕੋਈ ਜਿੰਨਾ 10 ਰੁਪਏ 20 ਰੁਪਏ ਜਿੰਨਾ ਦੇ ਦੇਵੇ ਹਾਂ ਮਸਜਿਦ ਮਾਸ਼ਾਅੱਲਾ ਜਿੰਨਾ ਬਾਕੀ ਮਾਸ਼ਾਅੱਲਾ ਸੂਰਜ ਜਿੰਨਾ ਨਿਕਲ ਆਇਆ ਅਤੇ ਇੱਟਾਂ ਜਿੰਨਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਸੀਆਂ ਨੇ ਮੈਨੂੰ ਤਾਂ ਬੜੀਆਂ ਪਿਆਰੀਆਂ ਲੱਗ ਰਹੀਆਂ ਨੇ ਅਵਲ ਮਾਸ਼ਾਅੱਲਾ ਇੱਟਾਂ ਹਾਂਜੀ ਇਹ ਹਾਲੀ ਠੀਕ ਹੈ ਬੂਜੀ ਇਹ ਹਾਲੀ ਜਿਹੜੀ ਆ ਵਿੱਚ ਚਲੋ ਠੀਕ ਹੋ ਗਿਆ ਹਾਂ ਮਹਿਫੂਜ਼ ਤਾਂ ਕੋਈ ਨਹੀਂ ਅੱਬੂ ਜੀ ਥੋੜ੍ਹਾ ਜਿਹਾ ਉੱਡਦਾ ਰਹਿੰਦਾ ਸਾਰਾ ਹਾਂ ਐਡੂ ਇੱਦੂ ਜਿੰਨਾ ਰਸਤੇ ਲਈ ਚੁੱਕ ਕੇ ਜਿੰਨਾ ਉਹਦੇ ਰੱਖ ਦਿੰਦੇ ਹਾਂ ਚਲ ਠੀਕ ਹੋ ਗਿਆ
ਹਾਂਜੀ ਤੇ ਮਾਸ਼ਾਅੱਲਾ ਇੱਟਾਂ ਜਿੰਨਾ ਸਾਰੀਆਂ ਕੁੰਜਲੀਆਂ ਹਾਂਜੀ ਤੇ ਮਸਜਿਦ ਜਿਸਲ ਦੇਨੇ ਭੈਣ ਭਾਈ ਇਹ ਦੁਆ ਕਰਨੀ ਵੀ ਅਸੀਂ ਜਲਦ ਜਲਦ ਜਿਹੜਾ ਨਾ ਮਸਜਿਦ ਜਿਹੜੇ ਨੇ ਤਿਆਰ ਕਰ ਲਈ ਹਾਂ ਇੱਟਾਂ ਤਾਂ ਹੁਣ ਮਾਸ਼ਾਅੱਲਾ ਆ ਗਈਆਂ ਨੇ ਈਦ ਜਿਹੜਾ ਨਾ ਇਨਸ਼ਾਅੱਲਾ ਜਿਹੜਾ ਨਾ ਦਿਲ ਤਾਂ ਵੀ ਇੱਥੇ ਹੀ ਆਪਾਂ ਜਿਹੜਾ ਨਾ ਬਾਕੀ ਤੁਹਾਨੂੰ ਮਸਜਿਦ ਦੀ ਉਚਾਈ ਦੱਸ ਦੇਵਾਂ ਤਕਰੀਬਨ ਹੈ 14 ਫੁੱਟ ਹਾਂਜੀ ਹਾਂਜੀ ਹਾਂ 14 ਫੁੱਟ ਮਾਸ਼ਾਅੱਲਾ ਹੋਣੀ ਆ ਫੈਨ ਅੱਗੇ ਆ ਤਾਂ ਦੱਸ ਦੇ ਇੱਟਾਂ ਹੀ ਨਿਕਲ ਜਾਣੀਆਂ ਨੇ ਹੋਰ ਹੀ ਪਿਆਰਾ ਲੱਗੇਗਾ ਸ਼ੀਸ਼ਾ ਲੱਗੇਗਾ ਬਿਲਕੁਲ ਕੰਮ ਹੋਵੇਗੇ ਇਸਤੇ ਵੀ ਜਿਹੜਾ ਨਾ ਲੱਗੇਗਾ ਉਸ ਤੇ ਵੀ ਲੱਗੇਗਾ ਹਾਂਜੀ ਆਹ ਜਿਹੜੇ ਨਾ ਆਪੇ ਸਾਹਿਬ ਦੱਕਣ ਦਾ ਜਿਹੜੀ ਆ ਨਾ ਵੀ ਵਿੰਡੋ ਆਪਾਂ ਲਵਾਉਣੀ ਆ ਨਾ ਜਿਹੜੀ ਉਹਨਾਂ ਵਿੱਚੋਂ ਕੱਢ ਦੇਈਏ ਇਹ ਵਿੰਡੋ ਬਣ ਜਾਂਦੇ ਬੜੀ ਜ਼ਬਰਦਸਤ ਬਣ ਹਾਂ ਮਸਜਿਦ ਤਾਂ ਬਿਲਕੁਲ ਪਿਆਰੀ ਬਣ ਜਾਵੇ ਆਪ ਜਿਹੜਾ ਨਾ ਪਹੁੰਚ ਦਿੱਤੀ ਉਵੇਂ ਜਿਹੜਾ ਨਾ ਅੱਲਾ ਲੇਕਿਨ ਇਹਨਾਂ ਅੱਗੇ ਫਿਰ ਸ਼ੀਸ਼ੇ ਮੰਗੇ ਨੇ ਤੇ ਸ਼ੀਸ਼ਾ ਤੋਂ ਜ਼ਿਆਦਾ ਜਿੰਨਾ ਐਂਗਲ ਮੰਗੇ ਨੇ ਅਸੀਂ ਛੱਤ ਜਿਹੜਾ ਨਾ ਅੱਲਾ ਕਰੇ ਛੱਤ ਜਿਹੜੀ ਨਾ ਪਾ ਲਵੇ ਤੇ ਸਾਡੇ ਜਿਹੜਾ ਨਾ ਸਾਰੇ ਨਮਾਜ਼ ਜਿਹੜੀ ਨਾ ਕੁਰਬਾਨੀ ਹਾਂਜੀ ਇੱਥੇ ਭਰੀ ਜਾਵੇ ਨਾ ਤਾਂ ਬੜੀ ਗੱਲ ਹੈ ਹਾਂਜੀ ਤੇ ਹੁਣ ਜਿੰਨਾ ਘਰ ਚੱਲਣਾ ਫਿਰ ਉੱਥੇ ਜਿੰਨਾ ਤੁਹਾਨੂੰ ਹਾਂਜੀ ਗੱਲਬਾਤ ਉੱਥੇ ਹੀ ਉਸੇ ਹਾਂਜੀ ਤੇ ਮਾਸ਼ਾਅੱਲਾ ਅਮਿਤ ਜਿੰਨਾ ਝਾੜੂ ਦੇ ਰਹੀਆਂ ਨੇ ਘਰ ਦੇ ਲਿਆ ਚਲੋ ਠੀਕ ਹੋ ਗਿਆ ਬਾਹਰ ਜਿੰਨਾ ਅੰਮੀ ਦੇ ਰਹੀਆਂ ਨੇ ਤੇ ਮਾਸ਼ਾਅੱਲਾ ਉਹ ਉੱਥੇ ਜਿੰਨਾ ਸਾਹਮਣੇ ਉੱਠ ਜਾ ਰਹੇ ਸੀ ਮੈਂ ਜੇ ਆਖਿਆ ਤੁਹਾਨੂੰ ਹੀ ਜਿੰਨਾ ਸ਼ੇਅਰ ਕਰ ਦੇਵਾਂ ਉਹ ਹੀ ਨਾ ਉੱਠ ਹਾਂਜੀ ਜਿਹੜਾ ਹੈ ਨਾ ਡਾਚੀ ਉਹਦੇ ਸੀ ਜੇ ਲਫਾ ਦੇ ਲੇਕਿਨ ਹਾਂਜੀ ਸਾਲ ਬਾਅਦ ਆਉਂਦੇ ਨੇ ਸਾਲ ਬਾਅਦ ਆਉਂਦੇ ਨੇ ਹੁਣ ਗੰਦਮ ਜਿਹੜੇ ਨਾ ਲਵਣਗੇ ਕਿਸੇ ਤੋਹਫਾ ਦੇ ਦਿੱਤਾ ਦੋ ਦੇ ਦਿੱਤੇ ਹਾਂਜੀ ਕਿਲੋ ਦਿੱਤਾ ਇਸੇ ਤਰੀਕੇ ਵੀ ਜਿੰਨੇ ਕਿਸੇ ਦੀ ਕੋਲ ਪਹੁੰਚ ਹੋਵੇ ਉਹਨੇ ਫਿਰ ਜਿਹੜੇ ਨਾ ਉਹ ਲੈ ਲੈਂਦੇ ਨੇ ਚੱਲ ਗੱਲਾਂ ਕਰਕੇ ਸੁਣਾ ਦੇ ਪੁੱਤ ਨਾਨੀ ਨੂੰ ਨਾਲੇ ਮੰਮਾ ਨੂੰ ਹਾਂ ਕਰ ਲਾ ਗੱਲਾਂ ਕਰ ਲਾ ਅੱਗੇ ਇੰਨੀਆਂ ਕਰਦੀ ਸੀ ਹੁਣ ਚੁੱਪ ਹੋ ਗਈ ਬੇਬੀ ਮਾਇਰਾ ਸਿੱਖਦਾ ਹਾਫਿਜ਼ ਮੰਮਾ ਹਾਂਜੀ ਤੇ ਮਾਸ਼ਾਅੱਲਾ ਅੰਮੀ ਜੀ ਨੇ ਝਾੜੂ ਦੇ ਲਿਆ ਸੀ ਤੇ ਹੁਣ ਜਿੰਨਾ ਮਾਸ਼ਾਅੱਲਾ ਪਾਣੀ ਦਾ ਛਿੜਕਾਓ ਕਰ ਰਹੀਆਂ ਨੇ ਤਾਂ ਕਿ ਜਿੰਨਾ ਗੱਟਾ ਮਿੱਟੀ ਜਿੰਨਾ ਬਹਿ ਜਾਵੇ ਧੂਲ ਵਗੈਰਾ ਜਾਂ ਅੱਛਾ ਮਾਸ਼ਾਅੱਲਾ ਵਕਤਾਂ ਨਾ ਹੀ ਰਹੀਆਂ ਨੇ ਹਾਂ ਮਾਸ਼ਾਅੱਲਾ ਉਹ ਜਿੰਨਾ ਸਾਹਮਣੇ ਨਾ ਆ ਰਹੀਆਂ ਨੇ
ਪਾਣੀ ਹੁਣ ਮਾਸ਼ਾਅੱਲਾ ਨਹਿਰ ਚ ਆ ਗਿਆ। ਝਾੜੂ ਵਗੈਰਾ ਟੋਟਲੀ ਲਾ ਲਿਆ ਸਾਰਾ ਜਿਹੜਾ ਤੁਰਕਾ ਵੀ ਜਿਹੜਾ ਕਰ ਰਿਹਾ ਕਾਫੀ ਜਿਹੜਾ ਪਿਆਰਾ ਹੁਣ ਸਮੂਹ ਜਿਹੜਾ ਸਾਰੀ ਜਿਹੜਾ ਸਾਈਡ ਹੋ ਗਈ। ਹਾਂਜੀ ਇਹ ਸਾਈਡ ਬਿੱਲੋ ਦੀ ਅੰਮੀ ਜਿਹੜੀ ਲੱਗੀ ਵੀ ਤਾਂ ਜੀ ਪਰ ਸਾਹਮਣੇ ਕੈਮਰਾ ਜਿਹੜਾ ਹਾਂ ਤਾਂ ਮੰਮਾ ਸਾਹਿਬ ਜਿਹੜਾ ਖਾਦ ਲੈ ਕੇ ਜਿਹੜਾ ਪਹੁੰਚ ਆਇਆ ਹੁਣ ਜਿਹੜਾ ਅਸੀਂ ਸਾਰੇ ਬੂਟਿਆਂ ਨੂੰ ਜਿਹੜਾ ਜਿੰਨੇ ਕਿ ਹੈਗੇ ਨੇ ਸਭ ਨੂੰ ਜਿਹੜਾ ਖਾਦ ਦੋ ਕਿਸਮ ਹੀ ਲੈ ਆਉਂਦੀ DAP ਵੀ ਲੈ ਆਉਂਦੀ ਅਤੇ ਸੋਨਾ ਯੂਰੀਆ ਵੀ ਇਹ ਦੋਵੇਂ ਮਿਲਾ ਕੇ ਜਿਹੜਾ ਪਾਵਾਂਗੇ ਥੋੜ੍ਹੀਆਂ ਥੋੜ੍ਹੀਆਂ ਹਾਂ ਪਹਿਲਾਂ ਇੱਕ ਵਾਰੀ ਥੋੜ੍ਹੀ ਥੋੜ੍ਹੀ ਪਾ ਦੇ ਬਿਲਕੁਲ ਥੋੜ੍ਹੀ ਥੋੜ੍ਹੀ ਪਾਣੀ ਅਤੇ ਉੱਤੋਂ ਜਿਹੜਾ ਫਿਰ ਪਾਣੀ ਜਿਹੜਾ ਉਹ ਲਾ ਲਈ ਸਾਂ ਅਤੇ ਬੱਚਿਆਂ ਦੀ ਸਕੂਲ ਦੀ ਜਿਹੜਾ ਤਿਆਰੀ ਹੋ ਗਈ ਹਾਂ ਇਸ ਤੋਂ ਹੀ ਥੋੜ੍ਹੀ ਹੋ ਜਾ ਥੋੜ੍ਹੀ ਥੋੜ੍ਹੀ ਕੱਲ੍ਹ ਪਰਸੋਂ ਤੀਕ ਜਿਹੜਾ ਦੁਬਾਰਾ ਫਿਰ ਪਾ ਲਈ ਸਾਂ। ਮੰਮਾ ਸਾਹਿਬ ਜਿਹੜਾ ਪਾ ਲੈਂਦਾ ਖਾ ਅਤੇ ਮੈਂ ਜਿਹੜਾ ਹੁਣ ਬੱਚੇ ਨੂੰ ਜਿਹੜਾ ਚੀਜ਼ ਦੇ ਲਵਾਂ ਕੋਈ ਚੀਜ਼ ਜਿਹੜਾ ਲਓ ਅਤੇ ਜਾਂ ਫਿਰ ਜਿਹੜਾ ਗਿਆ ਹੋਇਆ ਪੱਠੇ ਲੈਣ ਪੱਠੇ ਲੈ ਕੇ ਆਉਂਦਾ ਫਿਰ ਜਿਹੜਾ ਜ਼ੇਬਲ ਹੀ ਲੈ ਕੇ ਜਿਹੜਾ ਡਾਕਟਰ ਕੋਲ ਜਾਂਦੇ ਹਾਂ ਕੀ ਲੈਣਾ ਕਾਕਾ ਅੱਛਾ ਪੈਨਸਲ ਜਿਹੜਾ ਲੈਣੀ ਸੀ ਚੱਕ ਕੇ ਦੇ ਲਾ ਫਿਰ ਰਾਤ ਮੈਂ ਦੇਣਗਾ ਠੀਕ ਆ। ਮੰਮਾ ਸਾਹਿਬ ਨੇ ਦੂਸਰੀ ਖਾਦ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਪਾ ਲਈ ਮੈਂ ਜਿਹੜਾ ਅੰਦਰ ਚਲੀ ਗਿਆ ਸਵੇਰਾ ਕਹਿ ਰਹੀ ਆ ਅੰਮੀ ਜਿਹੜਾ ਵੀ ਕੀ ਪਕਾਉਣਾ ਹੈ ਚੱਲ ਬਸ ਹਾਂ ਹੁਣ ਪਾਣੀ ਜਿਹੜਾ ਲਾ ਦਿਓ ਹਾਂ ਬਾਕੀ ਜਿਹੜਾ ਕਿਉਂਕਿ ਸ਼ਹਿਰੋਂ ਜਿਹੜਾ ਲੈ ਆਉਂਦੀ ਇਹ ਹੁਣ ਬੜੇ ਦਿਨ ਘਰ ਵੇਖਦਾ ਪਿਆ ਨਾ ਨਹੀਂ ਇਹ ਖਰਾਬ ਕੀ ਚਲੋ ਟੰਗ ਦੇ ਅਤੇ ਟੰਗ ਕੇ ਜਿਹੜਾ ਪਾਣੀ ਜਿਹੜਾ ਲੈ ਆਉਂਦੇ ਹਾਂ ਪੈਪ ਅਤੇ ਫਿਰ ਜਿਹੜਾ ਪਾਣੀ ਸਾਰਾ ਜਿਹੜਾ ਟੋਟਲੀ ਲਾਉਂਦੇ ਹਾਂ ਫਿਰ ਰਾਤ ਬਹਿ ਬਲਕਿ ਸਮੋ ਲਓ ਜਿਹੜਾ ਹੁਣ ਇਹਨਾਂ ਨੂੰ ਖਾਦ ਪਈ ਆ ਨਾ ਜਦੋਂ ਹੁਣ ਇਹਨਾਂ ਨੂੰ ਪਾਣੀ ਲੱਗਣਾ ਨਾ ਆ ਫੁੱਲ ਫੁੱਲ ਬਿਲਕੁਲ ਹੈ ਜਿਹੜਾ ਤਾਜ਼ੇ ਤਾਜ਼ੇ ਹੋ ਜਾਣੇ ਹੈਗੇ ਨੇ ਸਾਰੀ ਮੰਮਾ ਸਾਹਿਬ ਨੇ ਇਸ ਤਰ੍ਹਾਂ ਜਿਹੜਾ ਖਾਦ ਸਾਰੀ ਟੋਟਲੀ ਜਿਹੜਾ ਪਾ ਦਿੱਤੀ ਆ ਤੁਹਾਨੂੰ ਜਿਹੜਾ ਸਾਹਮਣੇ ਨਜ਼ਰ ਆ ਰਹੀ ਸਫੈਦ ਰੰਗ ਦੀ ਨਜ਼ਰ ਆ ਰਹੀ ਮੱਟੀ ਰੰਗ ਦੀ ਜਿਹੜਾ ਬਿਲਕੁਲ ਜਿਹੜਾ ਮੰਮਾ ਸਾਹਿਬ ਮੱਟੀ ਰੰਗ ਦੀ ਕੋਈ ਨਜ਼ਰ ਆਉਂਦੀ ਵੀ ਸਫੈਦ ਰੰਗ ਦੀ ਨਜ਼ਰ ਆਉਂਦੀ ਸੀ ਹਾਂਜੀ ਅਤੇ ਚਕੋਰਾਂ ਅਤੇ ਦੂਸਰੀਆਂ ਬਖਤਾਂ ਜਿਹੜੀਆਂ ਉਹ ਸਾਹਮਣੇ ਚਲੀਆਂ ਗਈਆਂ ਨੇ ਬਾਈ ਦੀ ਖੁਰਲੀ ਕੋਲ ਅਤੇ ਮੰਮਾ ਸਾਹਿਬ ਨੂੰ ਅੱਜ ਤੁਸੀਂ ਵੇਖਦੇ ਪਏ ਉਸ ਘਰੇ ਲੱਗਾ ਹੁੰਦਾ ਮੰਮਾ ਸਾਹਿਬ ਉਹਨਾਂ ਨੂੰ ਛੁੱਟੀ ਹੈਗੀ ਆ ਆਮੇ ਰਜ਼ਾ ਨੂੰ ਛੁੱਟੀ ਉਹ ਵੀ ਜਿਹੜਾ ਘਰੇ ਲੱਗਾ ਹੁੰਦਾ ਚਲਾਉਣਾ ਕਾ ਅੱਛਾ ਜਾਂ ਫਿਰ ਅਲੀ ਜਿਹੜਾ ਪਹੁੰਚਿਆ ਇਸ ਤਰ੍ਹਾਂ ਮੰਮਾ ਸਾਹਿਬ ਲੱਗ ਗਿਆ ਨਾ ਪਾਣੀ ਸਾਰਾ ਇੱਦਾਂ ਲਾ ਦੇ ਇਨਸ਼ਾਅੱਲਾ ਕੁਛ ਦਿਨ ਜਿਹੜਾ ਠਹਿਰ ਕੇ ਜਿਹੜਾ ਅੱਲਾ ਪਾਕ ਉਹਨ ਜਿਹੜਾ ਖੈਰ ਸੁੱਖ ਰੱਖੇ ਨਾ ਅਤੇ ਫਿਰ ਜਿਹਨੇ ਇਨਸ਼ਾਅੱਲਾ ਇਨਸ਼ਾਅੱਲਾ ਦੇ ਸਾਰਾ ਜਿਹੜਾ ਗਾਸ ਜਦੋਂ ਲੱਗ ਗਿਆ ਨਾ ਬਿਲਕੁਲ ਹਰਾ ਭਰਾ ਹੋ ਜਾ ਸੀ ਅਜੇ ਤਾਂ ਬਿਲਕੁਲ ਜਿਹੜਾ ਨਾਲੇ ਆਹ ਵਾਲੇ ਪੌਦੇ ਅੱਛਾ ਆਪਾਂ ਲਾਇਆ ਉਸ ਅੱਜ ਤਾਂ ਜ਼ੇਬ ਅਲੀ ਦਾ ਹਾਂਜੀ ਅੱਛਾ ਸਮੋ ਲਾ ਵਾਲੀਆਂ ਬੇਲਾਂ ਦਾ ਬਹੁਤ ਜ਼ਿਆਦਾ ਜਿਹੜੀਆਂ ਪਿਆਰੀਆਂ ਹੁਣ ਦੁਬਾਰਾ ਫਿਰ ਜਿਹੜੀਆਂ ਵਾਲੀਆਂ ਫੁੱਟ ਰਹੀਆਂ ਨੇ ਇਹ ਆ ਸੁੱਕੀਆਂ ਨਹੀਂ ਨੇ ਖੁਸ਼ਕ ਨਹੀਂ ਹੋਈਆਂ ਇਹ ਵੀ ਅੱਲਾ ਪਾਕ ਦਾ ਸ਼ੁਕਰ ਇਵੇਂ ਗੱਲ ਬਹੁਤ ਵੱਡੀਆਂ ਵੱਡੀਆਂ ਹੋ ਜਾਣੀਆਂ ਚਲੋ ਕੋਈ ਨਹੀਂ ਜੋ ਫਿਰ ਹੁਣ ਕੀ ਕਰ ਸਕਦੇ ਉਹਨਾਂ ਨੇ ਜਾਣ ਬੁੱਝ ਕੇ ਕੋਈ ਨਹੀਂ ਜਿਹੜਾ ਖਰਾਬ ਕੀਤਾ ਬਸ ਜਾਂ ਫਿਰ ਪੱਠੇ ਲੈ ਕੇ ਜਿਹੜਾ ਪਹੁੰਚ ਆਇਆ ਜ਼ੇਬਲ ਤੁਸੀਂ ਜਿਹੜਾ ਨਾ ਲਓ ਨਾ ਕੱਪੜੇ ਚੇਂਜ ਕਰੋ ਹਾਂ ਜਾਂ ਜ਼ੇਬਲੀ ਜਲਦੀ ਹੋ ਜਾ ਉਹ ਦੂਸਰੇ ਕਾਟਾਂ ਦੇ ਕੱਪੜੇ ਪਾ ਲਵੀਂ ਜਲਦੀ ਜਲਦੀ ਉਹ ਫਿਰ ਜਾਂ ਫਿਰ ਜਿਹੜਾ ਉਹ ਕੱਪੜੇ ਚੇਂਜ ਕਰ ਲਏ ਫਿਰ ਮੈਂ ਆਪਣੇ ਕੱਪੜੇ ਚੇਂਜ ਕਰਕੇ
ਫਿਰ ਜਿਹੜਾ ਚੱਲਨੇ ਆ ਡਾਕਟਰ ਕੋਲ, ਥੋੜ੍ਹਾ ਜਿਹਾ ਅੱਗੇ ਕਰ ਲਓ ਨਾ ਪੈਪ ਤੇ ਹੀ ਨਾ ਦੇ ਵਿੱਚ। ਐਵੇਂ ਉੱਤੋਂ ਤਾਂ ਸਾਰਾ ਲੈਸੀ ਨਾ ਜੰਗਾ ਵਿੱਚ ਨਾ ਦੇਵੀ, ਕਿਉਂਕਿ ਇਹਨਾਂ 'ਚ ਖਾਦ ਜਿਹੜ ਨਾ ਪਾਈ। ਥੋੜ੍ਹਾ ਥੋੜ੍ਹਾ ਮੰਮਾ ਸਾਹਿਬ ਇਹਦੇ ਤਰੋ ਕਲਾਸ ਮੁੜ ਵਿੱਚ ਰੱਖ, ਹੁਣ ਮੈਂ ਜਿਹੜਾ ਬੰਦ ਕਰ ਦਿੰਦੀ। ਆਹ ਖੋਤੀ ਉੱਤੇ ਪਿੱਛੋਂ ਲਾਹ ਜਾਣਾ ਜਾਂ ਫਿਰ ਅਗਾਂਹ ਪਿੱਛਾ ਠੋਰ ਉੱਤੇ ਜਿਹੜਾ ਉਹਨੇ ਪੈਪ ਦੇ ਪੈਰ ਜਿਹੜਾ ਦੇ ਦਿੱਤਾ। ਕਿਉਂਕਿ ਮੰਮਾ ਸਾਹਿਬ ਨੂੰ ਕਿਹਾ ਇਹਨਾਂ ਪੌਦਿਆਂ ਨੂੰ ਖਾਦ ਪਾਈ ਸੀ, ਉਹਨੇ ਮੈਂ ਕਿਹਾ ਇਹਨਾਂ ਨੂੰ ਪਾਣੀ ਲਾ ਲਾ ਅਤੇ ਬਾਅਦ 'ਚ ਉੱਥੇ ਜਿਹੜਾ ਰੱਖ ਦੇਵਾਂਗੇ, ਫਿਰ ਉੱਥੇ ਜਿਹੜਾ ਆਪੇ ਪਾਣੀ ਜਿਹੜਾ ਲੱਗਦਾ ਰਹਾ। ਮੰਮਾ ਸਾਹਿਬ ਨੇ ਇਹਨੂੰ ਹੋਰ ਦਿੰਦੇ ਆ ਸੁੱਕੀ ਜੀ, ਉਵੇਂ ਜਿਹੜਾ ਪਾਈਏ ਖਾਦ, ਇਸ ਨੂੰ ਇਹਦੇ ਉੱਤੇ ਹੀ ਲਾ, ਕਿਉਂਕਿ ਇਹ ਬੜਾ ਖੁਸ਼ਕ ਜਿਹਾ ਹੈ ਪੌਦਾ। ਹਾਂ ਬਿੱਲੋ ਦੀ ਅੰਮੀ ਨੇ ਜਿਹੜਾ ਸੁਬਹਾ ਸੁਬਹਾ ਤੰਦੂਰ ਜਿਹੜਾ ਬਾਲਿਆ ਹੈਗਾ ਰੋਟੀਆਂ ਜਿਹੜੀਆਂ, ਕਿਉਂਕਿ ਬਿੱਲੋ ਦੀ ਅੰਮੀ ਜਿਹੜਾ ਸੁਬਹਾ ਕੋਈ ਨਹੀਂ ਬੱਚਿਆਂ ਨੂੰ ਜਿਹੜਾ ਨਾਸ਼ਤਾ ਬਣਾ ਕੇ ਦਿੰਦੀ, ਥੋੜ੍ਹੀ ਟਾਈਮ ਜਿਹੜਾ ਠਹਿਰ ਕੇ ਅਤੇ ਉਸ ਤੋਂ ਬਾਅਦ ਜਿਹੜਾ ਤੰਦੂਰ ਬਾਲ ਕੇ ਜਿਹੜਾ ਰੋਟੀਆਂ ਲਾ ਦਿੰਦੀ। ਅਰਸਲਾਨ ਅਲੀ ਦਾ ਜਦੋਂ ਦਾ ਅੱਬੂ ਆਇਆ ਨਾ ਉਦੋਂ ਦਾ ਸਮੂਹ ਸਕੂਲ ਜਾਣ ਲੱਗਾ, ਸਕੂਲ ਦੀ ਜਿਹੜੀਆਂ ਇਹਨੂੰ ਕਿਤਾਬਾਂ ਜਿਹੜਾ ਮਿਲ ਗਈਆਂ ਨੇ, ਕਹਿ ਰਿਹਾ ਉਸਤਾਦ ਜਿਹੜਾ ਹੁਣ ਮੇਰਾ ਬੇਲੀ ਬਣ ਗਿਆ ਅਤੇ ਮੈਂ ਹੁਣ ਜਿਹੜਾ ਸਕੂਲ ਜਾਇਆ ਕਰਨਾ। ਬਾਜੀ ਹੋਰੀ ਜਿਹੜਾ ਅੱਜ ਜਿਹੜਾ ਆਲੂ ਅਤੇ ਬੈਂਗਣ ਜਿਹੜਾ ਬਣਾਉਣ ਲੱਗੇ ਨੇ, ਬੈਂਗਣ ਜਿਹੜਾ ਕਾਫੀ ਪਿਆਰੇ ਹੈਗੇ ਨੇ ਅਤੇ ਬਹੁਤ ਜ਼ਬਰਦਸਤ ਬਣਦੇ ਨੇ, ਲੇਕਿਨ ਜਿਹੜਾ ਮੇਰੇ ਬੱਚੇ ਨੇ ਖਾਂਦੇ ਕੀ ਕਰ ਗਿਆ ਸੀ, ਜਿਹੜਾ ਤੋਰੀਆਂ ਜਿਹੜਾ ਗੀਆ ਉਹ ਅੱਜ ਜਿਹੜਾ ਅੱਜ ਬਣਾਵਾਂਗੇ, ਕਿਉਂਕਿ ਕੱਲ੍ਹ ਜਿਹੜਾ ਟਿੰਡੇ ਬਣਾਏ ਸੀ ਅਤੇ ਅੱਜ ਜਿਹੜਾ ਗੀਆ ਤੋਰੀ, ਅਤੇ ਮੱਖੀਆਂ ਦਾ ਜਿਹੜਾ ਸ਼ੋਰ ਕਾਫੀ ਸਾਰਾ ਹੈ। ਇੱਥੇ ਜਿਹੜਾ ਬਾਜੀ ਹੋਰਾਂ ਦੀ ਦੋਤੀ ਜਿਹੜਾ ਆਪਦਾ ਦੁੱਧ ਪੀਰੀ ਮੱਖੀਆਂ 'ਚ, ਮੱਖੀਆਂ ਜਾਲ ਪੰਖਾ ਹੀ ਚੱਲਿਆ ਹੋਇਆ, ਫਿਰ ਵੀ ਸਮਝ ਲਓ ਜਿਹੜਾ ਮੱਖੀਆਂ ਕਾਫੀ ਸਾਰੀਆਂ ਨੇ। ਕਮਰਾ ਜਿਹੜਾ ਬਾਜੀ ਹੋਰਾਂ ਨੇ ਸਾਫ਼ ਸੁਥਰਾ ਕਰਕੇ ਬਾਈ ਫੌਜੀ ਹੋਰਾਂ ਦੇ ਜਿਹੜਾ ਜੋੜ ਕੇ ਰੱਖ ਦਿੱਤਾ, ਕਿੰਨਾ ਬਿਲਕੁਲ ਬਰਤਨ ਵਗੈਰਾ ਸਾਰੇ ਜਿਹੜਾ ਟੋਟਲੀ ਧੋ ਕੇ ਦੁਬਾਰਾ ਜਿਹੜਾ ਸਾਫ਼, ਇਹਨਾਂ ਦੀ ਗਿੱਧੀਆਂ ਵਗੈਰਾ ਅੱਜ ਥੋੜ੍ਹੀ ਜਿਹੜਾ ਲਾਉਣ ਵਾਲੀਆਂ ਨੇ, ਅਤੇ ਬਾਕੀ ਸਾਰਾ ਟੋਟਲੀ ਜਿਹੜਾ ਧੋ ਮਾਂਝ ਕੇ ਜਿਹੜਾ ਸਾਰੀਆਂ ਚੀਜ਼ਾਂ ਜਿਹੜਾ ਜੋੜ ਦਿੱਤੀਆਂ, ਸਾਫ਼ ਸੁਥਰਾ ਕਰ ਦਿੱਤਾ, ਇਸ ਸਾਰੇ ਟੋਟਲੀ ਬਰਤਨ ਵਗੈਰਾ ਕਰੀ ਦੁਬਾਰਾ ਜਿਹੜਾ ਤੋਤੇ ਨੇ ਧੋ ਕੇ ਦੁਬਾਰਾ ਜਿਹੜਾ ਇੱਥੇ ਜਿਹੜਾ ਜੋੜ ਕੇ ਸਾਰੀਆਂ ਚੀਜ਼ਾਂ ਜਿਹੜਾ ਰੱਖ ਦਿੱਤੀ। ਕੱਪੜਿਆਂ ਵਾਲੀ ਮੇਰੇ ਖਿਆਲ ਹੈ ਜਿਹੜਾ ਵਾਲੀ ਮਸ਼ੀਨ ਹੈਗੀ, ਹਾਂਜੀ ਹੁਣ ਜਿਹੜਾ ਧੋ ਕੇ ਸਾਫ਼ ਸੁਥਰਾ ਸਾਰੀਆਂ ਚੀਜ਼ਾਂ ਜਿਹੜਾ ਬਿਲਕੁਲ ਸਾਫ਼ ਸੁਥਰਾ ਹੋਵੇ ਨਾ ਕਮਰਾ ਤਾਂ ਕਿੰਨਾ ਪਿਆਰਾ ਲੱਗਦਾ। ਅੱਗੇ ਥੋੜ੍ਹਾ ਬਹੁਤ ਜਿਹੜਾ ਗੱਟਾ ਮਿੱਟੀ ਹੈਗਾ ਸੀ, ਹੁਣ ਸਮਝ ਲਓ ਬਿਲਕੁਲ ਸਾਫ਼ ਸੁਥਰਾ ਹੋ ਗਿਆ। ਅੰਮੀ ਦਾ ਤਾਂ ਕਮਰਾ ਤੁਸੀਂ ਪਹਿਲਾਂ ਹੀ ਵੇਖਿਆ, ਬਿਲਕੁਲ ਉਹੀ ਬਾਜੀ ਹੋਰਾਂ ਨੇ ਬਿਲਕੁਲ ਸਾਰੀਆਂ ਚੀਜ਼ਾਂ ਜਿਹੜਾ ਉਵੇਂ ਜਿਹੜਾ ਸਾਫ਼ ਸੁਥਰੀਆਂ ਕਰਕੇ ਧੋ ਕੇ ਜਿਹੜਾ ਜੋੜ ਦਿੱਤੀਆਂ ਹੈਗੀਆਂ ਨੇ, ਅਤੇ ਹੁਣ ਜਿਹੜਾ ਬਾਕੀ ਦੇ ਕਹਿ ਰਹੀ ਆ ਜਿਹੜਾ ਲਿਪਾਈ ਵਗੈਰਾ ਜਿਹੜਾ ਕਰਾਂਗੇ ਸਾਰੇ ਹੀ ਵਿਹੜੇ ਦੀ, ਅਤੇ ਅੱਛੇ ਤਰੀਕੇ ਸਾਫ਼ ਸੁਥਰਾ ਕਰਕੇ ਅਤੇ ਉਸ ਤੋਂ ਬਾਅਦ ਜਿਹੜਾ ਮੈਂ ਜਾਵਾਂਗੀ ਘਰੇ। ਮੈਂ ਕਹਿ ਰਹੀ ਹਾਂ ਮੈਂ ਜਿਹੜਾ ਜਿਹੜਾ ਡਿਜ਼ਾਈਆਂ ਉਹ ਵਾਲੇ ਸਮੂਹ ਨੇ ਜਿਹੜਾ ਬਿਸਤਰੇ ਉਹ ਵਾਲੇ ਬਰਾਣੇ ਨੇ, ਹਾਂਜੀ ਕੁੱਕੜ ਦਾ ਉਹ ਸਾਹਮਣੇ ਜਿਹੜਾ ਢਾਰਾ ਲਾਰੀ ਵਿੱਚ, ਇਹ ਸਮਝ ਲਓ ਸਾਡੇ ਪਿੰਡਾਂ ਥਾਵਾਂ ਦੀਆਂ ਕੁੱਕੜੀਆਂ ਜਿਹੜੀਆਂ ਹੈਗੀਆਂ ਹੀ ਹੁੰਦੀਆਂ ਨੇ, ਇੱਥੇ ਜੇ ਜਿੱਥੇ ਉਹਨਾਂ ਦੀ ਦਿਲ ਕਰੇ ਉੱਥੇ ਜਿਹੜਾ ਬਹਿ ਕੇ ਜਿਹੜਾ ਅੰਡਾ ਜਿਹੜਾ ਦੇ ਦੇ। ਮੈਂ ਬਾਜੀ ਨੇ ਕਿਹਾ ਮੈਂ ਜਿਹੜਾ ਬਿਸਤਰੇ ਜਿਹੜਾ ਬਰਾਣੇ ਹੈਗੇ ਨੇ, ਕਿਉਂਕਿ ਜਿਹੜਾ ਇਸ ਤਰ੍ਹਾਂ ਹੈਗੇ ਨੇ ਉਹਨਾਂ ਸਾਰਿਆਂ ਨੂੰ ਪੱਟ ਕੇ
ਖੋਲ੍ਹ ਕੇ ਅਤੇ ਰੂੰ ਜਿਹੜਾ ਕੱਢ ਕੇ ਅਤੇ ਉਹ ਵਾਲੇ ਜਿਹੜਾ ਦੁਬਾਰਾ ਫਿਰ ਜਿਹੜਾ ਬਰਾਈ ਕਰਾਵਾਂਗੀ ਅਤੇ ਬਾਜੀ ਨਹੀਂ ਕਹਿ ਰਹੀਆਂ ਆਪਣਾ ਕੰਮ ਖਤਮ ਕਰ ਲਓ ਫਿਰ ਮੇਰੀ ਵੰਗਾਰ ਛੋਟੀ ਜਿਹੜੀ ਕਰਨੀ ਮੇਰੇ ਨਾਲ ਜਿਹੜਾ ਰਲੇ ਜਵੇ ਤਾਂ ਉਹ ਜਿਹੜਾ ਡਾਲ ਕੇ ਆਪਾਂ ਜਿਹੜਾ ਬਰਾ ਕੇ ਆ ਜਾਓ ਕਹਿ ਰਹੀ ਕੋਈ ਗੱਲ ਨਹੀਂ ਜਿਹੜਾ ਜਦੋਂ ਤੁਸੀਂ ਕਿਹਾ ਮੈਂ ਤੁਹਾਡੇ ਨਾਲ ਜਿਹੜਾ ਜਾਵਾਂਗੀ ਤਾਂ ਹੁਣ ਜਿਹੜਾ ਚੱਲਦੇ ਹਾਂ ਕਰੇ ਕਿਉਂਕਿ ਜਾ ਫਿਰ ਲਈ ਕੱਪੜੇ ਜਿਹੜਾ ਤਬਦੀਲ ਕਰ ਰਹੇ ਜ਼ੇਬ ਲਈ ਜਿਹੜਾ ਆ ਗਿਆ ਜ਼ੇਬ ਲਈ ਮੈਨੂੰ ਬੁਲਾਉਣ ਵਾਲਾ ਆਇਆ ਕਹਿ ਰਿਹਾ ਚਲਣ ਚੱਲੀਏ ਜਿਹੜਾ ਡਾਕਟਰ ਕੋਲ ਚੱਲਦੇ ਹਾਂ ਬਾਕੀ ਸਾਰੀਆਂ ਚੀਜ਼ਾਂ ਬਾਜੀ ਨੇ ਕਿੰਨੀਆਂ ਸਾਫ਼ ਸੁਥਰੀਆਂ ਕਰਕੇ ਜਿਹੜਾ ਰੱਖੀਆਂ ਹੋਈਆਂ ਨੇ ਆ ਜਾ ਜ਼ੇਬ ਲਈ ਗਿੱਧੀਆਂ ਦੇ ਕਵਰ ਵਗੈਰਾ ਬਾਜੀ ਔਰਾਂ ਜਿਹੜੇ ਲਾ ਲੈਣੇ ਹੁਣ ਜਿਹੜਾ ਚੱਕ ਕੇ ਅੰਦਰ ਜਿਹੜਾ ਰੱਖ ਦੇਵੇਂਗੇ ਕਰੇ ਆਈਆਂ ਬਿੱਲੋ ਦੀ ਅੰਮੀ ਦੀ ਰੋਟੀਆਂ ਜਿਹੜਾ ਮਾਸ਼ਾ ਲੱਖਣੀਆਂ ਇਹਦੇ ਲਈ ਤਿਆਰ ਹੋਈ ਫਿਰ ਦੋਵੇਂ ਬਲਕ ਜਿਹੜਾ ਤਿਆਰ ਹੋਈ ਪਹਿਲਾਂ ਨਾਲ ਹੁਣ ਮੈਂ ਵੀ ਜਿਹੜਾ ਕੱਪੜੇ ਚੇਂਜ ਕਰਨੀਆਂ ਜਾਣ ਦੀ ਜਿਹੜੇ ਨਾਲ ਤਿਆਰੀ ਕਰਨੀਆਂ ਅਤੇ ਹਾਲ ਵਿਦਾਗ ਕਰਨੀ ਇੱਥੇ ਖਤਮ ਮਾਂ ਦੇ ਬਹਿਣ ਦੇ ਕੇ ਲੈਣੀ ਇਜਾਜ਼ਤ ਢੇਰ ਸਾਰੀਆਂ ਦੁਆਵਾਂ 'ਚ ਆਪਣੇ ਖਿਆਲ ਖਿਆਲ ਸਿੱਟਾਂ ਨੂੰ ਯਾਦ ਰੱਖਣਾ ਅੱਲਾ ਹਾਫਿਜ਼ ਅੱਲਾ ਨਿਗੇਬਾਨ ਅੱਲਾ ਹਾਫਿਜ਼ ਜ਼ੇਬ ਅਲੀ ਦੀ ਕਿਆ ਬਾਤ ਹੈ।